दोस्तों हंसते रहो मुस्कुराते रहो वेखते रहो यस टीवी हाजिर हो चुकी है थोड़ी दोस्त मनप्रीत अपने चैनल यस टीवी दे ढेर सारी गल्लां लागे। वैसे दोस्तों जिंदगी दे विच ना कुछ ना कुछ हुंदा रहिंदा तां आपां परेशान हो जांदे आ, परेशान नहीं होना हां अपनी लाइफ नूं हमेशा मुस्कुराते हुए व्यतीत करना है। ते इसी गल्लां दे नाल जी हुण मैं ढेर सारी गल्लां तुहाडे नाल वी सांझी कर लैंदे आ। दोस्तों एक बार दी गल्ल, एक वारी एक कैदी दूजे कैदी नूं कहिंदा वे कि तू जेल क्यों आया वे, ते दूजा कैदी कहिंदा वे यार छोटा जिहा अपराध सी उसी अपराध ते मैनूं जेल लिआंदा। ते ओह कहिंदा ऐसा किहड़ा अपराध सी, कहिंदा मैं ना एक रस्सी चोरी कर रिहा सी। कहिंदा ओह छोटी जिही रस्सी चोरी तू कर रिहा सी ते ओहदे पिछे तैनूं क्यों जेल लिआंदा। ਕਹਿੰਦਾ ਸ਼ਾਇਦ ਤਾਂ ਕਰਕੇ ਲਿਆਂਦਾ ਹੋਣਾ, ਸਿਰਾ ਸੀ ਮੇਰੇ ਹੱਥ ਤੇ ਸੀ, ਦੂਜਾ ਜਿਹੜਾ ਸਿਰਾ ਸੀ ਉਹ ਗਾਂ ਦੇ ਨਾਲ ਬੰਨਿਆ ਹੋਇਆ ਸੀ। ਦੋਸਤੋ ਇੱਕ ਵਾਰੀ ਇੱਕ ਟੀਚਰ ਨੇ ਸਟੂਡੈਂਟ ਨੂੰ ਕਹਿੰਦੀ ਹੈ ਇਸ ਵਾਕਿਆ ਨੂੰ ਨਾ ਹਿੰਦੀ ਤੋਂ ਅੰਗਰੇਜ਼ੀ ਕਰਨਾ ਹੈ, ਬਸੰਤ ਨੇ ਮੈਨੂੰ ਮੁੱਕਾ ਮਾਰਿਆ। ਤੇ ਉਹ ਜਿਹੜਾ ਮੁੰਡਾ ਸੀ ਬੜਾ ਸ਼ਰਾਰਤੀ ਸੀ, ਕਹਿੰਦਾ ਠੀਕ ਹੈ ਮੈਮ ਜੀ ਬਸੰਤ ਪੰਚਮੀ। ਦੋਸਤੋ ਇੱਕ ਵਾਰੀ ਇੱਕ ਮੁੰਡਾ ਨਾ ਪੰਡਿਤ ਜੀ ਕੋਲ ਜਾਂਦਾ ਤੇ ਪੰਡਿਤ ਜੀ ਨੂੰ ਕਹਿੰਦਾ ਵੇ ਪੰਡਿਤ ਜੀ ਮੈਨੂੰ ਨਾ ਕਿਸੇ ਸੁੰਦਰ ਜੀ ਕੰਨਿਆ ਦਾ ਹੱਥ ਮੇਰੇ ਹੱਥ ਤੇ ਲੈਣਾ ਵੇ, ਉਹ ਕਿਵੇਂ ਮੈਨੂੰ ਮਿਲੇਗਾ। ਤੇ ਪੰਡਿਤ ਜੀ ਕਹਿੰਦੇ ਇੱਕ ਕੰਮ ਕਰ, ਕਿਸੇ ਵੀ ਮੋਲ ਦੇ ਬਾਹਰ ਜਾ ਕੇ ਬਹਿ ਜਾ ਤੇ ਉੱਥੇ ਮਹਿੰਦੀ ਲਗਾਉਣ ਲੱਗ ਜਾ। ਦੋਸਤੋ ਇੱਕ ਵਾਰ ਦੀ ਗੱਲ ਸੀ, ਇੱਕ ਕੁੜੀ ਦੂਜੀ ਕੁੜੀ ਨੂੰ ਕਹਿੰਦੀ ਹੈ ਯਾਰ ਦੇਖੀ ਲੋਕਾਂ ਦੇ ਘਰ ਦੇ ਪਤਾ ਨਹੀਂ ਕਿਵੇਂ ਲਵ ਮੈਰਿਜ ਨੂੰ ਮੰਨ ਜਾਂਦੇ ਨੇ, ਸਾਡੇ ਘਰ ਤੇ ਜੇਕਰ ਮੈਂ ਆਪਣੀ ਪਸੰਦ ਦੀ ਇੱਕ ਦਿਨ ਸਬਜ਼ੀ ਵੀ ਕਹਿ ਦਵਾਂ ਨਾ ਉਸੇ ਤੇ ਜੰਗ ਛਿੜ ਜਾਂਦੀ ਹੈ। ਇਵੇਂ ਜੀ ਹਮੇਸ਼ਾ ਮੁਸਕੁਰਾਉਂਦੇ ਰਹੋ, ਹੱਸਦੇ ਰਹੋ ਤੇ ਵੇਖਦੇ ਰਹੋ ਯੈਸ ਟੀਵੀ। ਫਿਰ ਤੋਂ ਰੂਬਰੂ ਹੋਏਗੀ ਤੁਹਾਡੀ ਦੋਸਤ ਮਨਪ੍ਰੀਤ ਯੈਸ ਟੀਵੀ ਦੇ ਢੇਰ ਸਾਰੀਆਂ ਗੱਲਾਂ ਦੇ ਨਾਲ। ਜ਼ਰੂਰ ਦੱਸਿਓ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ। ਮੈਂ ਚੱਲੀ ਹਾਂ, ਰੱਖਿਓ ਆਪਣਾ ਖਿਆਲ, ਟਾਟਾ ਬਾਏ ਬਾਏ।